ਸਤ ਸ੍ਰੀ ਅਕਾਲ ਸਦਿਕ ਰਹੇ ਪੰਜਾਬ ਮੀ ਲਿਵਰ ਸੈ ਟੀਵੀ ਮੈਂ ਪਰਨ ਕਾਰਮਾਨ ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਪੇਸ਼ ਨੇ ਪਹਿਲਾਂ ਚੁਣਵਿਆ ਖਬਰਾਂ ਡੌਂਕੀ ਲੋ ਅਮਰੀਕਾ ਪਹੁੰਚੇ 51 ਲੋਕਾਂ ਦੀ ਮੌਤ ਦਾ ਮਾਮਲਾ ਜੋ ਵਾਈਡਨ ਨੇ ਕਿਹਾ ਦਿਲ ਦਹਿਲਾ ਦੇਣ ਵਾਲੀ ਘਟਨਾ ਕੈਨੇਡਾ ਦੀ ਢਿੱਲੀ ਇਮੀਗ੍ਰੇਸ਼ਨ ਪ੍ਰਤੀਕਿਰਿਆ ਹੋਵੇਗੀ ਤੇਜ਼ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਮੋੜ ਤੇਜ਼ ਜੋ ਵਾਈਡਨ ਦੀ ਤੀਅ ਅਤੇ ਪਤਨੀ ਦੀ ਰੂਸ ਵਿੱਚ ਐਂਟਰੀ ਬੈਨ ਨਾਟੋ ਗਠ ਜੋੜ ਵਿੱਚ ਚਿੰਤਾਵਾਂ ਦਰਮਿਆਨ ਵਾਈਡਨ ਪਹੁੰਚੇ ਸਪੇਨ ਇੰਟਰਫੇਸ ਕਾਉਂਸਲ ਆਫ ਸੈਕਰਮੈਂਟੋ ਵੱਲੋਂ ਗੁਰਜਤੇਂਦਰ ਸਿੰਘ ਰੰਦਾਵਾ ਨੂੰ ਬੋਰਡ ਆਫ ਡਾਇਰੈਕਟਰ ਕੀਤਾ ਗਿਆ ਨਾਮਜ਼ਦ ਨੌਜਵਾਨ ਵਿਦੇਸ਼ਾਂ ਵਿੱਚ ਲੇਬਰ ਦਾ ਕੰਮ ਕਰਨ ਲਈ ਜਾਣ ਦੀ ਬਜਾਏ ਟ੍ਰੇਡ ਦੇ ਕੰਮ ਲਈ ਜਾਣ ਡਾਕਟਰ ਉਬਰਾਏ ਕੋਲੰਬੀਆ ਦੀ ਜੇਲ੍ਹ ਵਿੱਚ ਭਿਆਨਕ ਅੱਗ 51 ਕੈਦੀਆਂ ਦੀ ਮੌਤ 24 ਜ਼ਖਮੀ ਅਮਰੀਕਾ ਚ 8 ਸਾਲਾ ਬੱਚੇ ਨੇ ਗਲਤੀ ਨਾਲ ਕੀਤੀ ਫਾਇਰਿੰਗ 1 ਸਾਲ ਦੀ ਬੱਚੀ ਦੀ ਹੋਈ ਮੌਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਅਮਰੀਕਾ ਦੇ ਦੱਖਣੀ ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਇੱਕ ਟ੍ਰੈਕਟਰ ਟ੍ਰੇਲਰ ਵਿੱਚ ਗਰਮੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਧ ਕੇ 51 ਹੋ ਗਈ ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੇ ਪਰਿਵਾਰ ਲਗਾਤਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਮੈਕਸੀਕੋ ਤੋਂ ਸਰਹੱਦ ਪਾਰ ਤਸਕਰੀ ਕਰਕੇ ਲਿਆਂਦੇ ਗਏ ਪ੍ਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ ਸੈਨ ਐਂਟੋਨੀਓ ਦੇ ਮੇਅਰ ਰੌਨ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ ਇਹ ਬਹੁਤ ਦੁੱਖ ਦੀ ਗੱਲ ਹੈ ਇਸ ਨੂੰ ਰੋਕਿਆ ਜਾ ਸਕਦਾ ਸੀ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਇਸ ਨੂੰ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਦੱਸਿਆ ਵਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਆਪਣੇ ਫਾਇਦੇ ਲਈ ਕਮਜ਼ੋਰ ਲੋਕਾਂ ਦਾ ਸੋਸ਼ਣ ਕਰਨਾ ਸ਼ਰਮਨਾਕ ਹੈ ਇਸ ਘਟਨਾ ਨਾਲ ਜੁੜੇ ਕਈ ਸਿਆਸੀ ਪਹਿਲੂ ਵੀ ਨੇ ਮੇਰਾ ਪ੍ਰਸ਼ਾਸਨ ਮਨੁੱਖੀ ਤਸਕਰਾਂ ਨੂੰ ਉਹਨਾਂ ਲੋਕਾਂ ਦਾ ਫਾਇਦਾ ਉਠਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖੇਗਾ ਜੋ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਮੈਕਸੀਕੋ ਦੇ ਵਿਦੇਸ਼ ਮੰਤਰਾਲਾ ਵਿੱਚ ਉੱਤਰੀ ਅਮਰੀਕਾ ਵਿਭਾਗ ਦੇ ਮੁਖੀ ਰੋਬਟੋ ਵਿਲਾਸਕੋ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਘੱਟੋ ਘੱਟ 2 ਮੈਕਸਿਕੋ, 7 ਗੁਆਟੇਮਾਲਾ ਤੇ 2 ਹਾਂਡਰੂਸ ਤੇ ਰਹਿਣ ਵਾਲੇ ਸਨ ਇਹ ਪਿਛਲੇ ਕੁਝ ਦਿਹਾਕਿਆਂ ਵਿੱਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ਵਿੱਚ ਸਭ ਤੋਂ ਘਾਤਕ ਹੈ 2017 ਵਿੱਚ ਸੈਨ ਐਂਟੋਨੀਓ ਦੇ ਇੱਕ ਵਾਲ ਮੌਟ ਵਿੱਚ ਖੜੇ ਇੱਕ ਟਰੱਕ ਅੰਦਰ ਫਸਣ ਕਾਰਨ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ 2003 ਵਿੱਚ ਸੈਨ ਐਂਟੋਨੀਓ ਦੇ ਦੱਖਣ ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ ਟੈਕਸਾਸ ਦੇ ਪ੍ਰਤੀਨਿਧੀ ਹੈਂਡਰੀ ਕੋਇਲਰ ਨੇ ਦਾ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਟਰੱਕ ਡਰਾਈਵਰ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਟਰੈਕਟਰ ਟ੍ਰੇਲਰ ਟੈਕਸਾਸ ਦੇ ਇੰਟਰਸਟੇਟ 35 ਤੇ ਲਾਰੇ ਡਿਓ ਤੋਂ ਲੰਘਿਆ ਸੀ ਉਹਨਾਂ ਨੂੰ ਉਦੋਂ ਇਸ ਵਿੱਚ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਸਾਨ ਐਂਟੋਨੀਓ ਦੇ ਬਾਹਰਵਾਰ ਇੱਕ ਟਰੈਕਟਰ ਟ੍ਰੇਲਰ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਮਦਦ ਲਈ ਚੀਕਾਂ ਸੁਣ ਕੇ ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ ਇਸ ਦੇ ਕਰੀਬ ਇੱਕ ਘੰਟੇ ਬਾਅਦ ਸੜਕ ਤੇ ਲਾਸ਼ਾਂ ਦੇ ਢੇਰ ਲੱਗੇ ਸਨ ਬਿਕਸਰ ਕਾਉਂਟੀ ਦੇ ਜੱਜ ਨੇ ਕਿ ਹਾਂ ਕਿ ਛਾਲੇ ਲੋਕਾਂ ਦੀ ਮੌਤ ਹੋ ਗਈ ਹੈ ਪਰ ਬਾਅਦ ਵਿੱਚ ਇਹ ਗਿਣਤੀ ਭੁਜਾਟ ਆਪ ਗਈ ਪੰਜ ਹੋਰਾਂ ਦੀ ਹਸਪਤਾਲ ਵਿੱਚ ਮੌਤ ਹੋਈ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪੁਰਸ਼ ਨੇ UN ਨੇਸ਼ਨਸ ਵਿੱਚ ਵੀ ਇਸ ਮਸਲੇ ਤੇ ਉਠਾਈ ਜਾ ਰਹੀ ਹੈ ਆਵਾਜ਼ ਡਾਕਟਰ ਇਕ ਬਿਤਾਰ ਚੀਮਾ ਅਫਗਾਨਿਸਤਾਨ ਚ ਗੁਰਦੁਆਰੇ ਤੇ ਹੋਏ ਹਮਲੇ ਅਤੇ ਦੱਖਣੀ ਏਸ਼ੀਆ ਦੇ ਖੇਤੇ ਵਿੱਚ ਘਟ ਗਿਣਤੀ ਨਾਲ ਹੋ ਰਹੀ ਧੱਕੇਸ਼ਾਹੀ ਵਿਰੋਧ ਇੱਕ ਅਹਿਮ ਮੀਟਿੰਗ ਹੋਈ ਹੈ ਅਮਰੀਕਨ ਸਿੱਖ ਕੌਕਸ ਕਮੇਟੀ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਈਸਟ ਕੋਸਟ ਵਿਦ ਸਿੱਖ ਕੋਆਰਡੀਨੇਟਰ ਕਮੇਟੀ ਯੂनाइटेड 6 ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਨੇ ਘਰਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਇਸ ਦੌਰਾਨ ਡਾਕਟਰ ਪ੍ਰਿਤਪਾਲ ਸਿੰਘ ਨੇ ਅਫਗਾਨਿਸਤਾਨ ਦੇ ਗੁਰਦੁਆਰੇ ਦੇ ਵਿੱਚ ਹੋਈ ਮੰਦਭਾਗੀ ਘਟਨਾ ਦੀ ਨਖੇਦੀ ਕੀਤੀ ਸਿੱਖਾਂ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਆਈਐਸਆਈ ਦੇ ਹਮਲਾਵਰਾਂ ਨੂੰ ਅਫਗਾਨਿਸਤਾਨ ਦੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਕਾਰਵਾਈ ਕਰਕੇ ਮਾਰ ਦਿੱਤਾ ਗਿਆ ਜਿਸ ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਤਸੱਲੀ ਪ੍ਰਗਟ ਕੀਤੀ ਹੈ ਉਨਾ ਕਹਿਆ ਕਿ ਪਾਕਿਸਤਾਨ ਦੇ ਵਿੱਚ ਵੀ ਸਿੱਖਾਂ ਦੇ ਇਤਿਹਾਸਿਕ ਸਥਾਨਾਂ ਦੀ ਸਾਂਭ ਸੰਭਾਲ ਤਾਂ ਠੀਕ ਤੰਗ ਦੇ ਨਾਲ ਹੋ ਰਹੀ ਹੈ ਪਰ ਭਾਰਤ ਵਿੱਚ ਜਗਰਨਾਥਪੁਰੀ ਅਤੇ ਗਿਆਨਨਾਥ ਗਿਆਨ ਗੋਦੜੀ ਵਿੱਚ ਸਥਿਤ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਨਾਂ ਨਿਸ਼ਾਨ ਮਿਟਾ ਦਿੱਤੇ ਗਏ ਨੇ ਮੀਟਿੰਗ ਵਿੱਚ UN ਹਿਊਮਨ ਰਾਈਟਸ ਕਮੇਟੀ ਦੇ ਡਾਕਟਰ ਇਕਦਤਾ ਚੀਮਾ ਨੇ ਸਿੱਖਾਂ ਨੂੰ ਆ ਰਹੇ ਮਸਲਿਆਂ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਬਾਰੇ UN ਨੇਸ਼ਨਸ ਵੀ ਆਵਾਜ਼ ਉਠਾਈ ਜਾ ਰਹੀ ਹੈ ਇਸ ਵਿੱਚ ਮੀਟਿੰਗ ਦੇ ਵਿੱਚ ਹੋਰਨਾਂ ਤੋਂ ਇਲਾਵਾ ਸਿੱਖ ਕੌక్స్ ਕਮੇਟੀ ਦੇ ਸੀਨੀਅਰ ਮੈਂਬਰ ਯਾਦਵਿੰਦਰ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਠੀ ਅਕਾਲੀ ਦਲ ਮਾਨ ਦੇ ਖਰੀਸ਼ਮ ਸਿੰਘ ਬੇਕਰਜ਼ ਜਫੀਲਸ ਸੁਰਿੰਦਰ ਸਿੰਘ ਨਿਡਰ ਅਮ੍ਰਿਤਪਾਲ ਸਿੰਘ ਨਿਡਰ ਸੁਰਿੰਦਰ ਸਿੰਘ ạtਵਾਲ ਜਸਵਿੰਦਰ ਸਿੰਘ ਜੰਡੀ ਰਿੰਪੀ ਸਿੰਘ ਸਟਾਕਨ ਹਰਪ੍ਰੀਤ ਸਿੰਘ ਸੰਧੂ ਗੁਰਪ੍ਰੀਤ ਸਿੰਘ ਹਰਪਾਲ ਸਿੰਘ ਅਤੇ ਗੁਰਜੀਤ ਸਿੰਘ ਹੋਠੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਰਹੇ ਕੈਨੇਡਾ ਵਿੱਚ ਦਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਰ ਅਨਰਜੀਆਂ ਦਾ ਬੈਕਲੌਗ 24 ਲੱਖ ਤੋਂ ਟੱਪ ਚੁੱਕਾ ਹੈ ਉਧਰ ਹਵਾਈ ਅੱਡਿਆਂ ਤੇ ਪਾਸਪੋਰਟ ਦਫ਼ਤਰਾਂ ਅੱਗੇ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਰ ਜਲਦੀ ਕੈਨੇਡਾ ਦੇ ਲੋਕਾਂ ਨੂੰ ਇਨਾਂ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਇੱਕ ਨਵੀਂ ਟਾਸਕ ਫੋਰਸ ਬਣਾ ਦਿੱਤੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਬੰਧੀ ਐਲਾਨ ਕਰਦਿਆਂ ਦੱਸਿਆ ਕਿ ਨਵੀਂ ਬਣਾਈ ਗਏ ਟਾਸਕ ਫੋਰਸ ਹਵਾਈ ਅੱਡਿਆਂ ਪਾਸਪੋਰਟ ਤੇ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਜਾਈਆਂ ਸਰਕਾਰੀ ਸੇਵਾਵਾਂ ਵਿੱਚ ਦੇਰੀ ਦਾ ਕਾਰਨ ਪਤਾ ਕਰਨ ਲਈ ਇਸ ਦੀ ਪੜਤਾਲ ਕਰੇਗੀ ਅਤੇ ਇਸ ਤੇ ਹੱਲ ਦੱਸੇਗੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀਆਂ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਮੋਰ ਤੇਜ਼ ਕੀਤੀ ਜਾ ਰਹੀ ਹੈ ਜੀਹਾਂ ਬਾਈਡਨ ਸਰਕਾਰ ਨੇ ਇੱਕ ਫੈਡਰਲ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਦਿਆਂ ਆਪਣੇ ਉਨਾ ਹੁਕਮਾਂ ਨੂੰ ਮਤਲ ਕਰ ਦਿੱਤਾ ਹੈ ਜਿਨ੍ਹਾਂ ਤਹਿਤ ਅਮਰੀਕਾ ਵਿੱਚ ਨਜਾਇਜ਼ ਤੌਰ ਤੇ ਰਹ ਰਹੇ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲੈਣ ਤੇ ਰੋਕ ਲਗਾ ਦਿੱਤੀ ਗਈ ਸੀ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਉਹ ਅਦਾਲਤੀ ਹੁਕਮ ਮੰਨਣ ਲਈ ਪਾਬੰਦ ਹੈ ਪਰ ਇਨ੍ਹਾਂ ਹੁਕਮਾਂ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾ ਰਹੀ ਹੈ ਉਦਰ ਪ੍ਰਵਾਸੀਆਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ਬੇहद ਚਿੰਤਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀਆਂ ਵਾਸਤੇ ਘਰੋਂ ਨਿਕਲਣਾ ਦੁੱਭਰ ਹੋ ਜਾਏਗਾ ਕਿਉਂਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਾਲੇ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੇ ਹਨ ਯੂਕਰੇਨ ਵਿੱਚ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਨੇ ਹਾਲ ਹੀ ਵਿੱਚ ਰੂਸ ਉੱਤੇ ਕਈ ਆਰਥਿਕ ਪਾਬੰਦੀਆਂ ਲਗਾਈਆਂ ਨੇ ਐਨਏ ਨਹੀਂ ਜੋ ਵਾਈਡਨ ਦੀ ਸਰਕਾਰ ਨੇ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਦੀਆਂ ਬੇਟੀਆਂ ਸਮੇਤ ਉਨ੍ਹਾਂ ਦੇ ਕਰੀਬੀ ਕਈ ਲੋਕਾਂ ਤੇ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ ਇਸ ਦਾ ਜਵਾਬ ਦਿੰਦੇ ਹੋਏ ਰੂਸ ਨੇ ਵੀ ਅਮਰੀਕਾ ਦੇ ਕਈ ਵੱਡੇ ਲੋਕਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਰੂਸੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਵਿੱਚ ਪੁਤਿਨ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਸਮੇਤ 23 ਚੋਟੀ ਦੇ ਅਮਰੀਕੀ ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਲਗਾਤਾਰ ਰੂਸ ਅਤੇ ਉਸ ਦੇ ਵੱਡੇ ਲੋਕਾਂ ਤੇ ਪਾਬੰਦੀਆਂ ਲਗਾ ਰਿਹਾ ਇਸ ਤੇ ਮੱਦੇ ਨਜ਼ਰ ਮਾਸਕੋ ਨੇ ਵੀ ਅਮਰੀਕਾ ਤੇ ਨਾ ਪਾਬੰਦੀਆਂ ਦਾ ਐਲਾਨ ਕੀਤਾ ਮੀਡੀਆ ਰਿਪੋਰਟਰਾਂ ਮੁਤਾਬਕ ਰੂਸ ਨੇ ਜੋ ਵਾਈਡਨ ਅਤੇ ਉਹਨਾਂ ਦੀ ਬੇਟੀ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਯੂਕਰੇਨ ਵਿੱਚ ਯੁੱਧ ਕਾਰਨ ਗੱਠ ਜੋੜ ਦੇਸ਼ਾਂ ਦੇ ਸੰਕਲਪ ਦੇ ਬਾਰੇ ਵਿੱਚ ਵੱਧਦੀਆਂ ਚਿੰਤਾਵਾਂ ਦਰਮਿਆਨ ਯੂਰਪ ਵਿੱਚ ਅਮਰੀਕਾ ਦੀ ਮੌਜੂਦਗੀ ਨੂੰ ਵਧਾਉਣ ਦੀ ਯੋਜਨਾ ਦੇ ਨਾਲ ਹੀ ਨਾਟੋ ਦੇ ਸਾਥੀ ਨੇਤਾਵਾਂ ਨੂੰ ਮਿਲਣ ਲਈ ਮੰਗਲਵਾਰ ਨੂੰ ਸਪੇਨ ਪਹੁੰਚੇ ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ੈਕ ਸੋਲੀਵਨ ਨੇ ਕਿਹਾ ਕਿ ਬਾਈਡਨ ਸਪੇਨ ਦੇ ਪ੍ਰਧਾਨ ਮੰਤਰੀ ਪੇड्रो ਸਾਂਚੇਜ਼ ਨਾਲ ਮੰਗਲਵਾਰ ਨੂੰ ਗੱਲਬਾਤ ਵਿੱਚ ਰੋਟਾ ਸਪੇਨ ਵਿੱਚ ਸਥਿਤ ਜਲ ਸੈਨਾ ਦੇ ਵਿਨਾਸ਼ਕਾਂ ਦੀ ਗਿਣਤੀ ਨੂੰ 4 ਤੋਂ 6 ਤੱਕ ਵਧਾਉਣ ਦੀ ਯੋਜਨਾ ਦਾ ਵਿਸਥਾਰ ਕਰਨਗੇ ਸੁਲੀਵਨ ਨੇ ਕਿਹਾ ਕਿ ਇਹ ਕਦਮ ਉਹਨਾਂ ਕਈ ਕੋਸ਼ਨਾਮਾਂ ਚੋਂ ਇੱਕ ਹੈ ਜਿਸ ਦੇ ਰਾਹੀਂ ਵਾਈਡਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ ਦੇ ਸਹਿਯੋਗੀ ਖੇਤਰ ਵਿੱਚ ਗੱਠ ਜੋੜ ਨੂੰ ਮਜ਼ਬੂਤ ਕਰਨ 'ਚ ਮਦਦ ਕਰਨਗੇ ਸੁਲੀਵਨ ਨੇ ਕਿਹਾ ਕਿ ਰੋਟਾ ਲਈ ਚੁੱਕੇ ਜਾਣ ਵਾਲੇ ਕਦਮਾਂ ਵਿੱਚ ਅਮਰੀਕਾ ਤੇ ਨਾਟੋ ਦੀ ਸਮੁੰਦਰੀ ਮੌਜੂਦਗੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਉਹਨਾਂ ਨੇ ਕਿਹਾ ਕਿ ਗੱਠ ਜੋੜ ਵਿੱਚ ਮਤਭੇਦਾਂ ਦੇ ਸੰਕੇਤਾਂ ਦਰਮਿਆਨ ਇਸ ਹਫ਼ਤੇ ਦੇ ਨਾਟੋ ਸਿਖਰਸ਼ਾ ਮੇਲਨ ਵਿੱਚ ਵਾਈਡਨ ਸਹਿਯੋਗੀਆਂ ਦਰਮਿਆਨ ਵਿਸ਼ਵਾਸ ਵਧਾਉਣ ਤੇ ਜ਼ੋਰ ਦੇਣਗੇ ਅਮਰੀਕੀ ਰਾਸ਼ਟਰਪਤੀ ਜਰਮਨੀ ਤੋਂ ਸਪੇਨ ਆਏ ਨੇ ਜਿੱਥੇ ਉਸ ਜੀ7 ਦੇਸ਼ਾਂ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ ਪੰਜਾਬੀ ਭਾਈਚਾਰੇ ਵਿੱਚ ਜਾਣੀ ਪਛਾਣੀ ਸ਼ਖਸੀਅਤ ਗੁਰਜਤੇਂਦਰ ਸਿੰਘ ਰੰਦਾਵਾ ਨੂੰ ਸੈਕਰਮੈਂਟੋ ਦੀ 111 ਸਾਲ ਪੁਰਾਣੀ ਸੰਸਥਾ ਇੰਟਰਫੇਥ ਕਾਉਂਸਲ ਆਫ ਪੁਰੀਟਰ ਸੈਕਰਮੈਂਟੋ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ ਜਿਸ ਨਾਲ ਕਿ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਹ ਸੰਸਥਾ 1911 ਵਿੱਚ ਹੋਂਦ ਵਿੱਚ ਆਈ ਸੀ ਇਸ ਸੰਸਥਾ ਵੱਲੋਂ ਸਾਰੇ ਧਰਮਾਂ ਦੇ ਸਤਿਕਾਰ ਹਿਤ ਕੰਮ ਕੀਤਾ ਜਾਂਦਾ ਹੈ ਇਸ ਸੰਸਥਾ ਵਿੱਚ ਤਕਰੀਬਨ ਹਰ ਮذਬ ਨੂੰ ਸਥਾਨ ਦਿੱਤਾ ਗਿਆ ਹੈ ਸਿੱਖ ਭਾਈਚਾਰੇ ਵੱਲੋਂ ਗੁਰਜਤੇਂਦਰ ਸਿੰਘ ਰੰਦਾਵਾ ਨੂੰ ਡਾਇਰੈਕਟਰ ਵਜੋਂ ਲਿਆ ਗਿਆ ਹੈ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਇਸ ਮੌਕੇ ਗੁਰਜਤੇਂਦਰ ਸਿੰਘ ਰੰਦਾਵਾ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਬਣਾਉਣਾ ਬਹੁਤ ਜ਼ਰੂਰੀ ਹੈ ਅਜਈਆਂ ਸੰਸਥਾ ਮਾਰਾਹੀ ਸਥਾਨਕ ਲੋਕਾਂ ਵਿੱਚ ਸਿੱਖ ਧਰਮ ਬਾਰੇ ਜਾਗਰੂਕਤਾ ਲਿਆਉਣ ਵਿੱਚ ਵਿਸ਼ੇਸ਼ ਮਦਦ ਮਿਲਦੀ ਹੈ ਜ਼ਿਕਰਯੋਗ ਹੈ ਕਿ ਸਰਦਾਰ ਅੰਦਾਵਾ ਇਸ ਵੇਲੇ ਐਲਕ ਗਰੁੱਪ ਸਿਟੀ ਦੇ ਕਮਿਸ਼ਨਰ ਨੇ ਤੇ ਸੈਕਟਰੀ ਆਫ ਸਟੇਟ ਨੇ ਸਲਾਹ ਕਰ ਵੀ ਨੇ ਇਸ ਤੋਂ ਪਹਿਲਾਂ ਉਹ 2016 ਵਿੱਚ ਨੈਸ਼ਨਲ ਡੈਲੀਗੇਟ ਦੀ ਚੋਣ ਵੀ ਜਿੱਤ ਚੁੱਕੇ ਹਨ ਸ਼ਾਂਕੋਟ ਬਲਾਕ ਦੇ ਪਿੰਡ ਦਾਨੇਵਾਲਾ ਦਾ ਇੱਕ ਨੌਜਵਾਨ ਦੁਬਈ ਵਿੱਚ 14 ਸਾਲ ਦੀ ਸਜ਼ਾ ਕੱਟ ਕੇ ਵਾਪਸ ਆਪਣੇ ਘਰ ਪਰਤ ਆਇਆ ਹੈ ਤੇ ਇਸ ਨੌਜਵਾਨ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਨੌਜਵਾਨ ਦੇ ਘਰ ਪਰਤਣ ਤੇ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਦਾਨੇਵਾਲਾ ਦੇ ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ ਪਲਵਿੰਦਰ ਸਿੰਘ ਪੁੱਤਰ سورਿੰਦਰ ਸਿੰਘ ਆਪਣੀ ਰੋਜ਼ੀ ਰੋਟੀ ਲਈ 2006 ਦੁਬਈ ਵਿੱਚ ਗਿਆ ਸੀ ਇਸ ਨੌਜਵਾਨ ਨੂੰ 2008 ਵਿੱਚ ਕਤਲ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ ਜਿਸ ਕਾਰਨ ਇਸ ਨੂੰ ਉਮਰ ਕੈਦ ਹੋ ਗਈ ਸੀ ਉਹਨਾਂ ਨੇ ਦੱਸਿਆ ਕਿ ਇਸ ਕੇਸ ਸੰਬੰਧੀ ਦੁਬਈ ਦੇ ਵਕੀਲਾਂ ਦੀ ਸਲਾਹ ਲਈ ਗਈ ਤਾਂ ਉਹਨਾਂ ਨੇ ਦੱਸਿਆ ਕਿ ਨੌਜਵਾਨ ਨੂੰ 1 ਕਰੋੜ 5 ਲੱਖ 30 ਹਜ਼ਾਰ ਦੀ ਬਲੱਡ ਮਨੀ ਜਮ੍ਹਾਂ ਕਰਵਾ ਕੇ ਛੁਡਵਾਇਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਮਾਪੇ ਇੰਨੇ ਪੈਸੇ ਨਹੀਂ ਦੇ ਸਕਦੇ ਸਨ। ਸਰਪੰਚ ਨੇ ਦੱਸਿਆ ਕਿ ਉਹਨਾਂ ਵੱਲੋਂ ਨੌਜਵਾਨ ਨੂੰ ਛੁਡਵਾਉਣ ਲਈ 15 ਲੱਖ ਦੀ ਸਹਾਇਤਾ ਕੀਤੀ ਗਈ ਤੇ ਪਿੰਡ ਦੇ ਲੋਕਾਂ ਵੱਲੋਂ 22 ਲੱਖ 60 ਹਜ਼ਾਰ ਦੀ ਮਦਦ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਤੇ ਉੱਗੇ ਸਮਾਜ ਸੇਵਕ ਡਾਕਟਰ ਐਸ.ਪੀ. ਸਿੰਘ ਉਬਰਾਏ, ਸੁਰਿੰਦਰ ਸਿੰਘ ਨਿੱਜਰ, ਜਸਵੀਰ ਸਿੰਘ ਵਿਦੇਸ਼ਾਂ, ਟਰਾਂਸਪੋਰਟ ਦੁਬਈ, ਰਜਿੰਦਰ ਸਿੰਘ ਹਲਸਤਾਨਾਤ ਕੰਟਰੈਕਟ ਕੰਪਨੀ ਤੇ ਹੋਰਨਾਂ ਨਾਲ ਮੁਲਾਕਾਤ ਕੀਤੀ ਤੇ ਖਾਲਸਾ ਏਡ ਨੂੰ ਵੀ ਮਦਦ ਦੀ ਅਪੀਲ ਕੀਤੀ। ਇਸ ਦਮ ਡਾਕਟਰ ਉਬਰਾਏ ਵੱਲੋਂ 15 ਲੱਖ ਰੁਪਏ ਤੇ ਖਾਲਸਾ ਏਡ ਵੱਲੋਂ ਹਰਮੀਕ ਸਿੰਘ ਨੇ 5 ਲੱਖ ਰੁਪਏ ਦੀ ਸਹਾਇਤਾ ਕੀਤੀ। ਉਹਨਾਂ ਨੇ ਦੱਸਿਆ ਕਿ ਗੌਂਦਾ ਪੰਜਾਬ ਰੇਡੀਓ ਟੋਰਾਂਟੋ ਵੱਲੋਂ ਜਗਿੰਦਰ ਸਿੰਘ ਤੇਜਵੰਦ ਸਿੰਘ ਕੈਨੇਡਾ ਕਰਦੇ ਸਿੰਘ ਬਹੁਗੁਣ ਰਣਜੀਤ ਸਿੰਘ ਜੀਤਾ ਸਾਪ ਦਾ ਸਰਪੰਚ ਸਲੇਚਾਂ ਆਦ ਨੇ ਵੀ ਸਹਾਇਤਾ ਕੀਤੀ ਗੁਰਦੁਆਰਾ ਸਿੰਘ ਸਭਾ ਅਵੀਰ ਤੇ ਗੁਰਦੁਆਰਾ ਸਿੰਘ ਸਭਾ ਅਲਗੇਹਲ ਦੁਬਈ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ 1 ਕਰੋੜ 5 ਲੱਖ 30 ਹਜ਼ਾਰ ਦੀ ਬਲੱਡ ਮਨੀ ਕੋਟ ਵਿੱਚ ਜਮ੍ਹਾਂ ਕਰਵਾਉਣ ਤੋਂ ਬਾਅਦ ਨੌਜਵਾਨ ਦੀ ਰਿਹਾਈ ਹੋਈ ਨੌਜਵਾਨ ਦੇ ਪਿੰਡ ਪਰਤਨ ਤੇ ਗ੍ਰਾਮ ਪੰਚਾਇਤ ਦੇ ਲੋਕਾਂ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਵਿੱਚ ਰਖਵਾਏ ਗਏ ਖਾਣ-ਪਾਣ ਸਾਹਿਬ ਦੇ ਭੋਗ ਪਾਏ ਗਏ ਧਾਰਮਿਕ ਸਮਾਗਮ ਵਿੱਚ ਡਾਕਟਰ ਐਸ.ਪੀ ਸਿੰਘ ਉਭਰਾਏ, ਸੁਰਿੰਦਰ ਸਿੰਘ ਨਿੱਜੜ, ਸੁਖਾ ਸਿੰਘ ਤੇ ਕੁਲਦੀਪ ਸਿੰਘ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਡਾਕਟਰ ਉਭਰਾਏ ਨੇ ਕਿਹਾ ਕਿ ਨੌਜਵਾਨ ਵਿਦੇਸ਼ਾਂ ਵਿੱਚ ਲੇਬਰ ਦਾ ਕੰਮ ਕਰਨ ਲਈ ਜਾਣ ਦੀ ਬਜਾਏ ਟ੍ਰੇਡ ਦੇ ਕੰਮ ਲਈ ਜਾਣ ਵਾਪਸ ਪਰਤੇ ਨੌਜਵਾਨ ਭਲਵਿੰਦਰ ਸਿੰਘ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਇਸ ਮੌਕੇ ਜਮੀਰ ਸਿੰਘ ਖਾਲਸਾ ਸੁਰਿੰਦਰਜੀਤ ਨੇ ਕੀਤਾ। ਪੱਛਮੀ ਕੋਲੰਬੀਆ ਦੇ ਸ਼ਹਿਰ ਟੋਲਵਾ ਦੀ ਇੱਕ ਜੇਲ੍ਹ ਵਿੱਚ ਅੱਗ ਲੱਗ ਗਈ ਜਿਸ ਵਿੱਚ 51 ਕੈਦੀਆਂ ਦੀ ਮੌਤ ਹੋ ਗਈ ਹੈ ਤੇ 24 ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਗਾਰਡ ਵੀ ਸ਼ਾਮਲ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਕੈਦੀਆਂ ਨੇ ਹੰਗਾਮਾ ਕਰਦਿਆਂ ਗੱਦਿਆਂ ਨੂੰ ਅੱਗ ਲਗਾ ਦਿੱਤੀ ਸੀ। ਐਨਐਨ ਦੀ ਰਿਪੋਰਟ ਅਨੁਸਾਰ ਮੰਗਲਵਾਰ ਸਵੇਰੇ ਪੀੜਪੜੱਕੇ ਵਾਲੀ ਕੋਲੰਬੀਆ ਦੀ ਜੇਲ੍ਹ ਦੇ ਅੰਦਰ ਅੱਗ ਲੱਗ ਗਈ ਕੋਲੰਬੀਆ ਦੇ ਨਿਆਂ ਮੰਤਰੀ ਵਿਲਸਨ ਰੁਇਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਕੈਦੀਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਟਕੜੇ ਦੌਰਾਨ ਇੱਕ ਕੈਦੀ ਨੇ ਗੱਦੇ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਅੱਗ ਸਾਰੀ ਜੇਲ੍ਹ ਵਿੱਚ ਫੈਲ ਗਈ ਰੂਇਜ਼ ਨੇ ਕਿਹਾ ਲਾਟਾਂ ਬਹੁਤ ਤੇਜ਼ ਸਨ ਸਥਿਤੀ ਤੇ ਕਾਬੂ ਪਾਉਣ ਲਈ ਸਾਨੂੰ ਫਾਇਰ ਫਾਈਟਰਸ ਦੇ ਆਉਣ ਦਾ ਇੰਤਜ਼ਾਰ ਕਰਨਾ ਪਿਆ ਇਸ ਜੇਲ੍ਹ ਵਿੱਚ ਕੈਦੀ ਜਾਂ ਤਾਂ ਮਾਮੂਲੀ ਸਜ਼ਾ ਕੱਟਦੇ ਨੇ ਜਾਂ ਆਪਣੀ ਕੈਦ ਦੇ ਆਖਰੀ ਕੁਝ ਮਹੀਨਿਆਂ ਦੀ ਸਜ਼ਾ ਪੂਰੀ ਕਰ ਲੈਂਦੇ ਨੇ ਕੋਲੰਬੀਆ ਦੀਆਂ ਜੇਲਾਂ ਇਸ ਸਮੇਂ ਭੀੜ ਨਾਲ ਭਰੀਆਂ ਹੋਈਆਂ ਨੇ ਔਸਤਨ ਜ਼ਿਆਦਾਤਰ ਸਮਰੱਥਾ ਤੋਂ 20% ਤੋਂ ਵੱਧ ਫੀਸਦੀ ਨੇ ਰੁਇਜ਼ ਨੇ ਕਿਹਾ ਕਿ ਜਿਸ ਜੇਲ ਵਿੱਚ ਅੱਗ ਲੱਗੀ ਸੀ ਉਹ ਸਮਰੱਥਾ ਤੋਂ 17% ਸੀ ਜਿਸ ਨਾਲ ਇਹ ਦੇਸ਼ ਦੀਆਂ ਸਭ ਤੋਂ ਘੱਟ ਵਾਦੀ ਵਾਲੀਆਂ ਜੇਲਾਂ ਵਿੱਚੋਂ ਇੱਕ ਹੈ ਕੋਲੰਬੀਆ ਤੇ ਗੁਆਂਡੀ ਦੇਸ਼ਾਂ ਵਿੱਚ ਜੇਲਾਂ ਵਿੱਚ ਕਾਤਕ ਲੜਾਈਆਂ ਦੇ ਦੰਗੇ ਆਮ ਨਹੀਂ ਹਨ ਮਾਰਚ 2020 ਵਿੱਚ ਬੋਗੋਟਾ ਵਿੱਚ ਬੋਗੋਟਾ ਜੇਲ ਵਿੱਚ ਇੱਕ ਦੰਗੇ 'ਚ 24 ਕੈਦੀਆਂ ਦੀ ਮੌਤ ਹੋ ਗਈ ਕਿਉਂਕਿ ਉਹ ਸਜ਼ਾ ਪ੍ਰਣਾਲੀ ਦੇ ਅੰਦਰ ਕਰੋਨਾ ਵਾਇਰਸ ਫਪਾਵਾਂ ਦਾ ਵਿਰੋਧ ਕਰ ਰਹੇ ਸਨ ਫਲੋਰੀਡਾ ਦੇ ਇੱਕ ਮੋਟਲ ਵਿੱਚ 8 ਸਾਲਾ ਇੱਕ ਬੱਚੇ ਨੇ ਐਤਵਾਰ ਨੂੰ ਗਲਤੀ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 1 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ 2 ਸਾਲ ਦੀ ਇੱਕ ਹੋਰ ਬੱਚੀ ਜ਼ਖਮੀ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਬੱਚੇ ਦੇ ਪਿਤਾ ਨੇ ਬੰਦੂਕ ਨੂੰ ਆਪਣੇ ਪੁੱuns ਕੋਲਾ ਮੋਟਲ ਦੇ ਕਮਰੇ ਵਿੱਚ ਅਲਮਾਰੀ ਵਿੱਚ ਲੁਕੋ ਕੇ ਰੱਖਿਆ ਸੀ। ਐਸਕੈਂਬੀਆ ਕਾਉਂਟੀ ਦੇ ਸ਼ੈਰਿਫ ਚਿਪ ਸਿਮਜ਼ ਨੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਜਿਵੇਂ ਹੀ ਬੱਚੇ ਦੇ ਪਿਤਾ ਕਮਰੇ ਵਿੱਚੋਂ ਬਾਹਰ ਨਿਕਲੇ ਉਹਨਾਂ ਦੇ ਬੇਟੇ ਨੇ ਬੰਦੂਕ ਲਾਭ ਲਈ ਅਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਈ ਬੱਚਿਆਂ ਉਸਦੇ ਪਿਤਾ ਦੀ ਪ੍ਰੇਮਿਕਾ ਦੀਆਂ ਸਨ ਸਿਮਸ ਨੇ ਕਿਹਾ ਕਿ ਜ਼ਖਮੀ ਬੱਚੀ ਦੇ ਠੀਕ ਹੋਣ ਦੀ ਉਮੀਦ ਹੈ ਉਹਨਾਂ ਨੇ ਦੱਸਿਆ ਕਿ ਬੱਚੇ ਦੇ ਪਿਤਾ ਤੇ ਬੰਦੂਕ ਰੱਖਣ ਲਾਪਰਵਾਹੀ ਵਰਤਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਸਮੇਤ ਹੋਰ ਦੋਸ਼ ਲਗਾਏ ਗਏ ਨੇ ਉਹਨਾਂ ਨੇ ਦੱਸਿਆ ਕਿ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਵਿੱਚ 41000 ਡਾਲਰ ਦੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਟੀਵੀ ਡਰਾਮਾ ای آر ਅਤੇ ਲਾ ਐਂਡ ਆਰਡਰ ਵਿੱਚ ਆਪਣੀਆਂ ਵਿਸ਼ੇਸ਼ ਭੂਮਿਕਾਵਾਂ ਵਾਲੀ ਸਭ ਤੋਂ ਮਸ਼ਹੂਰ ਅਮਰੀਕੀ ਅਦਾਕਾਰਾ ਮੈਰੀ ਮਾਰਾ ਦਾ 61 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਨਿਊਯਾਰਕ ਰਾਜ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀਤੇ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਬਾਅਦ ਕੇਪ ਵਿਨਸੈਂਟ ਨਿਊਯਾਰਕ ਵਿੱਚ ਸੇਂਟ ਲਾਰੈਂਸ ਨਦੀ ਵਿੱਚ ਮਾਰਾ ਦੀ ਲਾਸ਼ ਮਿਲੀ ਸੀ ਪੁਲਿਸ ਦੀ ਸ਼ੁਰੂਆਤ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਰਾ ਤੈਰਾਕੀ ਕਰਦੇ ਸਮੇਂ ਡੁੱਬ ਕੇ ਸੀ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਦਿਖਾਈ ਨਹੀਂ ਦਿੱਤਾ ਤੇ ਮੌਤ ਦੇ ਅਧਿਕਾਰਤ ਕਾਰਨ ਦਾ ਪਤਾ ਲਗਵਾਉਣ ਲਈ ਉਸ ਨੂੰ ਜੈਫਰਨ ਕਾਉਂਟੀ ਦੇ ਮੈਡੀਕਲ ਐਗਜ਼ਮੀਨਰ ਦੇ ਦਫ਼ਤਰ ਵਿੱਚ ਲਿਜਾਇਆ ਗਿਆ ਸੀ ਮਾਰਾ ਦਾ ਜਨਮ ਸਨ 1960 ਵਿੱਚ ਸਾਰਾ ਕਿ ਉਸ ਨਿਊਯਾਰਕ ਵਿੱਚ ਹੋਇਆ ਮਾਰਾ ਲਾਅ ਐਂਡ ਆਰਡਰ ਬੇਸ਼ਰਮ ਅਤੇ ਰੇ ਡੀਨੋਵ ਅਤੇ ਸਮੀਤ ਬਹੁਤ ਸਾਰੇ ਪ੍ਰਸਿੱਧ ਸ਼ੂਜ਼ ਲਈ ਦਿਖਾਈ ਦਿੱਤੀ ਸੀ ਉਸ ਦੀ ਮੌਤੀ ਜਾਂਚ ਚੱਲ ਰਹੀ ਹੈ ਅਮਰੀਕਾ ਵਿੱਚ ਸੁਪਰੀਮ ਕੋਰਟ ਵੱਲੋਂ ਗਰਭਪਾਤ ਨਾਲ ਜੁੜੇ 50 ਸਾਲ ਪੁਰਾਣੇ ਫੈਸਲੇ ਨੂੰ ਪਲਟਣ ਦੇ ਬਾਅਦ ਗਰਭਪਾਤ ਦੀ ਸੰਵਿਧਾਨਕ ਸੁਰੱਖਿਆ ਖਤਮ ਹੋ ਗਈ ਇਸ ਫੈਸਲੇ ਦੇ ਬਾਅਦ ਦੇਸ਼ ਦੋ ਤੜਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਤਾਂ ਫੈਸਲੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਅਤੇ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਜਾ ਰਹੀ ਹੈ ਗਰਭਪਾਤ ਅਧਿਕਾਰ ਸਮੂਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੜਕਾਂ ਤੇ ਉਤਰਨ, ਅਦਾਲਤਾਂ ਵਿੱਚ ਚੁਣੌਤੀਆਂ ਦੇਣ ਅਤੇ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਵਾਈਡਨ ਪ੍ਰਸ਼ਾਸਨ ਨੂੰ ਇਸ ਬਾਰੇ ਹੋਰ ਕਦਮ ਚੁੱਕਣ ਲਈ ਦਬਾਅ ਪਾਉਣਗੇ। ਦੂਜੇ ਪਾਸੇ ਗਰਭਪਾਤ ਵਿਰੋਧੀ ਤਾਕਤਾਂ ਨੇ ਦੇਸ਼ ਤੇ ਹਰ ਰਾਜ ਵਿੱਚ ਲਗਭਗ ਪੂਰਨ ਪਾਬੰਦੀ ਲਗਾਉਣ ਦੀ ਮੁਹਿੰਮ ਛੇੜਨ ਦੀ ਕਸਮ ਖਾਦੀ ਹੈ ਗਰਭਪਾਤ ਦੇ ਸਮਰਥਨ ਅਤੇ ਵਿਰੋਧ ਦੇ ਵਿਚਕਾਰ ਹੋਣੇ ਬਹਿਸ ਧਾਰਮਿਕ ਥਾਨਾਂ ਤੱਕ ਪਹੁੰਚ ਗਈ ਹੈ ਟੈਕਸਾਸ ਦੇ ਆਸਟਨ ਬੈਪਟਿਸਟ ਚਰਚ ਵਿੱਚ ਰੇਪ ਜੌਨਥਨ ਸਪੈਂਸਰ ਨੇ ਅਦਾਲਤ ਦੇ ਫੈਸਲੇ ਦਾ ਜਸ਼ਨ ਮਨਾਉਣ ਲਈ ਦੋ ਧਾਰਮਿਕ ਉਪਦੇਸ਼ ਦਿੱਤੇ ਉਹਨਾਂ ਨੇ ਆਪਣੀਆਂ ਮੰਡਲੀਆਂ ਨੂੰ ਕਿਹਾ ਕਿ ਮੈਂ ਪ੍ਰਭੂ ਦੀ ਦਇਆ ਅਤੇ ਕਿਰਪਾ ਨਾਲ ਉਹਨਾਂ ਦੀ ਮਦਦ ਕਰਕੇ ਖੁਸ਼ ਹਾਂ ਗਰਭਪਾਤ ਕਾਰਨ 6.3 ਕਰੋੜ ਤੋਂ ਵੱਧ ਬੱਚੇ ਾਰੇ ਗਏ ਇਹ ਲੜਾਈ ਖਤਮ ਨਹੀਂ ਹੋਈ ਗਰਪਾਥਾਲੇ ਵੀ ਘੜਾ ਹੈ ਅਤੇ ਲੋਕ ਹਾਲੇ ਵੀ ਇਨਾ ਪ੍ਰਕਿਰਿਆਵਾਂ ਵਿੱਚੋਂ ਲੰਘਣਗੇ ਉਦਰਨਾਸ਼ ਵਿਲੇ ਵਿੱਚ ਮਾਉਂਟ ਸਿਓਨ ਬੈਪਟਿਸਟ ਚਰਚ ਵਿੱਚ ਵਿਸ਼ਪ ਜੋਸਫ ਵਾਕਰ ਤੀਜੇ ਨੇ ਬੱਚਾ ਨੂੰ ਸਮਰਪਿਤ ਇੱਕ ਸਮਾਰੋਹ ਵਿੱਚ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਕੋਰਟ ਦੇ ਫੈਸਲੇ ਦਾ ਸਨਮਾਨ ਕਰਨ ਉਨ੍ਹਾਂ ਨੇ ਕਿਹਾ ਕਿ ਔਰਤਾਂ ਅਮਰੀਕਾ ਤੇ ਦੁਨੀਆ ਵਿੱਚ ਗਰਪਾਪਾਥ ਖਿਲਾਫ ਲੜਾਈ ਵਿੱਚ ਫਰੰਟ ਲਾਈਨਰ ਨੇ ਅਤੇ ਉਹੀ ਇਸ ਪਾਪ ਤੋਂ ਬਚਾਉਣਗੇ ਮਿਆਮੀ ਨੇ ਚਰਚ ਵਿੱਚ ਵਿਗਤਵਾਰ ਨੂੰ ਪ੍ਰਾਰਥਨਾ ਦੌਰਾਨ ਕੋਰਟ ਦੇ ਫੈਸਲੇ ਨੂੰ ਚੰਗਾ ਤੇ ਈਸ਼ਵਰ ਦੀ ਇੱਛਾ ਦੱਸਿਆ ਗਿਆ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਮਾਰੀਕਾ ਵਿੱਚ ਗਰਭਪਾਤ ਕੇਂਦਰ ਬੰਦ ਹੋਣੇ ਸ਼ੁਰੂ ਹੋ ਗਏ ਹਨ ਰੰਗਸਾਸ ਸੂਬੇ ਵਿੱਚ ਗਰਭਪਾਤ ਦੀ ਇੱਛਾ ਨਾਲ ਆਉਣ ਵਾਲੀਆਂ ਔਰਤਾਂ ਨੂੰ ਆਨਲਾਈਨ ਸੂਚਨਾ ਦੇ ਕੇ ਮਨਾ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਅਪਾਇੰਟਮੈਂਟਸ ਦਿੱਤੇ ਗਏ ਸਨ ਉਹ ਕੈਨਸਲ ਕਰ ਦਿੱਤੇ ਗਏ ਨੇ ਮਾਇਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਲੀਨਿਕ ਬੰਦ ਹੋਣਾ ਠੀਕ ਨਹੀਂ ਇਸ ਨਾਲ ਉਹਨਾਂ ਔਰਤਾਂ ਵਿੱਚ ਪਰੇਸ਼ਾਨੀ ਵਧੇਗੀ ਜੋ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਨੇ ਗਰਭ ਪਾਤੀ ਰੋਕ ਦਾ ਫਾਇਦਾ ਕੈਨੇਡਾ ਤੇ ਮੈਕਸੀਕੋ ਜਿਹੇ ਗੁਆਂਢੀ ਦੇਸ਼ਾਂ ਨੂੰ ਹੋਣ ਦੀ ਆਸ ਹੈ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਐਮਟ੍ਰੈਕ ਯਾਤਰੀ ਰੇਲ ਗੱਡੀ ਮਿਸौरी ਦੇ ਦਿਹਾਤੀ ਖੇਤਰ ਵਿੱਚ ਪਟੜੀ ਉੱਪਰ ਖੜੇ ਇੱਕ ਟਰੱਕ ਨਾਲ ਟਕਰਾ ਕੇ ਪਟੜੀ ਤੋਂ ਲੱਥ ਗਈ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ अनेका ਹੋਰ ਜ਼ਖਮੀ ਹੋ ਗਏ ਦੋ ਦਿਨਾਂ ਵਿੱਚ ਅਮਰੀਕਾ ਵਿੱਚ ਵਾਪਰਿਆ ਇਹ ਵੱਡਾ ਦੂਜਾ ਰੇਲ ਹਾਦਸਾ ਸੀ ਇੱਕ ਦਿਨ ਪਹਿਲਾਂ ਬ੍ਰਾਂਟਵੁੱਡ ਕੈਲੀਫੋਰਨੀਆ ਵਿੱਚ ਯਾਤਰੀ ਰੇਲ ਗੱਡੀ ਇੱਕ ਕਾਰ ਨੂੰ 60 ਫੁੱਟ ਤੱਕ ਸਿੱਟ ਕੇ ਲੈ ਗਈ ਸੀ ਜਿਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਹਾਦਸੇ ਵਿੱਚ ਰੇਲ ਗੱਡੀ ਦੇ ਸਾਥ ਤੱਟ ਡੱਬੇ ਪਟੜੀ ਤੋਂ ਉਤਰ ਗਏ ਉਹਨਾਂ ਨੇ ਕਿਹਾ ਕਿ ਮਾਰੇ ਗਏ ਦੋ ਜਣੇ ਰੇਲ ਗੱਡੀ ਵਿੱਚ ਸਵਾਰ ਸਨ ਜਦਕਿ ਇੱਕ ਵਿਅਕਤੀ ਟਰੱਕ ਵਿੱਚ ਸੀ ਹਾਦਸੇ ਵਿੱਚ ਜ਼ਖਮੀ ਹੋਈ ਲੋਕਾਂ ਦੀ ਅਸਲ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੇ ਪਰ ਤੋ ਦਰਜਨਾ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਪਿੰਡ ਅਕਬਰਪੁਰ ਦੇ 26 ਸਾਲਾ ਨੌਜਵਾਨ ਸਤਨਾਮ ਸਿੰਘ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਪਿੰਡ ਲਿਆਂਦੀ ਜਾਏ ਜਾਣਕਾਰੀ ਅਨੁਸਾਰ ਨਿਊਯਾਰਕ ਤੇ ਕੁਇਨਜ਼ ਵਿੱਚ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਸਤਨਾਮ ਸਿੰਘ ਦੀ ਹਤਿਆ ਕਰ ਦਿੱਤੀ ਗਈ ਸੀ ਸਤਨਾਮ ਸਿੰਘ ਦੇ ਪਿਤਾ ਰਵੇਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 5 ਸਾਲ ਪਹਿਲਾਂ ਰੋਜ਼ੀ-ਰੋਟੀ ਖਾਤਰ ਅਮਰੀਕਾ ਗਿਆ ਸੀ ਹੁਣ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ Laash ਨੂੰ ਵਾਪਸ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਵਿਕਸਿਤ ਅਰਥਚਾਰੀਆਂ ਦਾ G7 ਸਿਖਰ ਸੰਮੇਲਨ ਮੰਗਲਵਾਰ ਨੂੰ ਸਮਾਪਤ ਹੋਇਆ ਜਿਸ ਨੇ ਯੂਕਰੇਨ ਦੇ ਪਵਿੱਖਲੇ ਲੰਬੇ ਸਮੇਂ ਦੀ ਬਚਨਵੱਧਤਾ ਦਾ ਸੰਕੇਤ ਦਿੱਤਾ ਤੇ ਰੂਸ ਨੂੰ ਹਮਲੇ ਦੀ ਭਾਰੀ ਕੀਮਤ ਚੁਕਾਉਣ ਲਈ ਮਜਬੂਰ ਕਰਨ ਦਾ ਸੰਕਲਪ ਲਿਆ ਇਸ ਦੇ ਨਾਲ ਹੀ ਸੰਮੇਲਨ ਵਿੱਚ ਵਿਸ਼ਵ ਵਿਆਪੀ ਭੁੱਖਮਰੀ ਦੇ ਸੰਕਟ ਨੂੰ ਖਤਮ ਕਰਨ ਅਤੇ ਜਲਵਾਯੂ ਪਰਵਰਤਨ ਵਿਰੁੱਧ ਇੱਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਯੂਕਰੇਨ ਦੇ ਰਾਸ਼ਟਰਪਤੀ ਬੁਲਾਦਿਮਿਰ ਜ਼ੇਲੈਂਸਕੀ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨ ਤੋਂ ਬਾਅਦ ਅਮਰੀਕਾ, ਜਰਮਨੀ, ਫਰਾਂਸ, ਇਟਲੀ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ਨੇ ਸੋਮਵਾਰ ਨੂੰ ਸੰਕਲਪ ਲਿਆ ਕਿ ਜਿੰਦੋਂ ਤੱਕ ਸੰਭਵ ਹੋਵੇਗਾ ਉਦੋਂ ਤੱਕ ਯੂਕਰੇਨ ਦਾ ਸਮਰਥਨ ਕੀਤਾ ਜਾਏਗਾ ਸੰमेलन ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਰੂਸੀ ਤੇਲ ਦੀਆਂ ਕੀਮਤਾਂ ਤੇ ਲਗਾਮ ਲਗਾਉਣ ਰੂਸੀ ਸਮਾਨ ਤੇ ਟੈਕਸ ਦਰ ਵਧਾਉਣ ਅਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ ਬਵੇਰੀਆ ਦੇ ਐਲਪਸ ਪਹਾੜਾ ਵਿੱਚ ਸਕਲੋਸ ਐਲਮਾਉ ਹੋਟਲ ਤੋਂ ਜੀ7 ਸਮੂਹ ਦੇ ਮੈਂਬਰ ਦੇਸ਼ਾਂ ਦੇ ਨੇਤਾ ਮੈਦ੍ਰਿਡ ਵਿੱਚ ਇੱਕ ਨਾਟੋ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਿੱਥੇ ਯੂਕਰੇਨ ਦਾ ਮੁੱਦਾ ਚਾਹੀ ਰਹਿਣ ਦੀ ਉਮੀਦ ਹੈ ਜਾਪਾਨ ਨੂੰ ਛੱਡ ਕੇ ਜੀ7 ਸਮੂਹ ਦੇ ਸਾਰੇ ਮੈਂਬਰ ਦੇਸ਼ ਨਾਟੋ ਦੇ ਮੈਂਬਰ ਨੇ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਦਾ ਨੂੰ ਮੈਦ੍ਰਿਡ ਆਉਣ ਦਾ ਸੱਦਾ ਦਿੱਤਾ ਗਿਆ ਗੁਰਦਵਾਰਾ ਸਿੰਘ ਸਭਾ ਵਿੱਚ 22 ਤੋਂ 27 ਜੂਨ ਤੱਕ ਗੁਰਮਤ ਸਮਰ ਕੈਂਪ ਚੱਲਿਆ ਜਿੱਥੇ ਨਾਰਥ ਅਮਰੀਕਾ ਤੋਂ 300 ਬੱਚਿਆਂ ਨੇ ਭਾਗ ਲਿਆ ਅਤੇ ਗੁਰੂ ਮਰਿਆਦਾ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ ਗਿਆ ਗੁਰਦੇਵ ਸਿੰਘ ਸਮਰਾ ਨੇ ਦੱਸਿਆ ਕਿ ਬੱਚਿਆਂ ਨੂੰ ਗੁਰੂ ਮਰਿਆਦਾ ਅਨੁਸਾਰ ਗੁਰ ਸਿੱਖੀ ਐ 16 ਬਾਰੇ ਦੱਸਿਆ ਗਿਆ ਵਾਕ ਵਾਕ ਪ੍ਰੋਗਰਾਮ ਆਦਿਆਂ ਵਰਕਸ਼ਾਪਾਂ 'ਚ ਬੱਚਾ ਨੂੰ ਸਿੱਖਿਅਤ ਕੀਤਾ ਗਿਆ ਤੰਤੀ ਸਾਜ਼ਾਂ ਬਾਰੇ ਤੇ ਤੀਰ ਅੰਦਾਜ਼ੇ ਬਾਰੇ ਵੀ ਸਮਝਾਇਆ ਗਿਆ ਤੇ ਮੁਕਾਬਲੇ ਵਿੱਚ ਕਰਵਾਏ ਗਏ ਬੱਚਿਆਂ ਨੂੰ ਕੈਂਪ ਵਿੱਚ ਰੋਜ਼ਾਨਾ ਕੀਰਤਨ ਕਰਨ ਨਿਤਨੇਮ ਤੇ ਮੁੱਖ ਵਾਕ ਲੈਣ ਦੀ ਜਾਣਕਾਰੀ ਵੀ ਦਿੱਤੀ ਗਈ ਕੈਲੀਫੋਰਨੀਆ ਤੋਂ ਗੁਰਪ੍ਰੀਤ ਸਿੰਘ ਖਾਲਸਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਬੱਚਾ ਨੂੰ ਸਿੱਖਿਅਤ ਕੀਤਾ ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਐਨਡੀਪੀ ਲੀਡਰ ਜਗਮੀਤ ਸਿੰਘ ਇੱਕ ਪ੍ਰਸਤਾਵ ਲੈ ਕੇ ਆ ਰਹੇ ਨੇ ਉਹਨਾਂ ਨੇ ਫੈਡਰਲ ਸਰਕਾਰ ਕੋਲ ਮੰਗ ਰੱਖੀ ਹੈ ਕਿ ਗ੍ਰੋਸਰੀ ਗੈਸ ਅਤੇ ਰੈਂਟ ਦਾ ਖਰਚਾ ਚੁੱਕਣ ਲਈ ਜਦੋਂ ਜਹਿਦ ਕਰ ਰਹੇ ਕੈਨੇਡੀਅਨਸ ਲੋਕਾਂ ਨੂੰ 1000 ਡਾਲਰ ਦੀ ਰਾਹਤ ਰਾਸ਼ੀ ਦਿੱਤੀ ਜਾਏ ਫਿਲਹਾਲ ਉਹ ਇਸ ਤੇ ਲਈ ਲੋਕਾਂ ਦੀ ਵੀ ਰਾਏ ਮੰਗ ਰਹੇ ਨੇ ਤਾਂ ਜੋ ਲਿਬਰਲ ਸਰਕਾਰ ਦੇ ਇਸ ਤੇ ਲਈ ਜ਼ੋਰ ਪਾਇਆ ਜਾ ਸਕੇ ਕੈਨੇਡਾ ਵਿੱਚ ਮੰਕੀ ਪੌਕਸ ਦੇ ਮਰੀਜ਼ਾਂ ਦੀ ਗਿਣਤੀ 235 ਤੋਂ ਟੱਪ ਚੁੱਕੀ ਹੈ ਇਸ ਦੇ ਚਲਦਿਆਂ ਅੰਚੋਰੀਓ ਦਾ ਪੀਲ ਖੇਤਰ ਵਿੱਚ ਬਿਮਾਰੀ ਦੇ ਲਪੇਟ ਵਿੱਚ ਆ ਗਿਆ ਹੈ ਜਿੱਥੇ ਮਿਸਿਸ ਆਗਾ ਤੋਂ ਇਸ ਦਾ ਪਹਿਲਾ ਮਰੀਜ਼ ਮਿਲਿਆ ਪੀਲ ਪਬਲਿਕ ਹੈਲਥ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਪੀਲ ਪਬਲਿਕ ਹੈਲਥ ਏਜੰਸੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿਸਿਸ ਆਗਾ ਵਿੱਚ ਰਹਿਦਾ ਇੱਕ ਵਿਅਕਤੀ ਮੰਕੀ ਪੌਕਸ ਦੇ ਲਪੇਟ ਵਿੱਚ ਆ ਗਿਆ ਜਿਸ ਦੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ ਪੀਲ ਖੇਤਰ ਵਿੱਚ ਇਸ ਬਿਮਾਰੀ ਦਾ ਇਹ ਪਹਿਲਾ ਕੇਸ ਹੈ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੇ ਪੂਰਬੀ ਇਲਾਕੇ ਦੇ ਵਾਰਡ 8 ਵਿੱਚ ਇੱਕ ਬਜ਼ੁਰਗ ਬੀਬੀ ਪਾਸ਼ੋਬਾਸੀ ਦੀ ਬੀਤੇ ਕੱਲ ਲਾਸ਼ ਛੱਪੜ ਨੇਲਿਓ ਮਿਲੀ ਉਹਨਾਂ ਦਾ ਉਮਰ 21 ਸਾਲ ਬੀਬੀ ਵਾਸੀ 26 ਜੂਨ ਤੋਂ ਲਾਪਤਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਕੁਝ ਘੰਟਿਆਂ ਬਾਅਦ ਉਸਤੇ ਮ੍ਰਿਤਕ ਪਾਏ ਜਾਣ ਵਾਲੇ ਪਤਾ ਲੱਗਾ ਇੱਕ ਵੱਖਰੀ ਘਟਨਾ ਬੀਤੇ ਦਿਨ ਟੋਰਾਂਟੋ ਤੋਂ ਲਗਭਗ 250 ਕਿਲੋਮੀਟਰ ਉੱਤਰ ਪੂਰਬ ਵੱਲ ਬੈਂਕਵਰਟ ਸ਼ਹਿਰ ਵਿੱਚ ਵਾਪਰੀ ਜਿੱਥੇ ਇੱਕ ਹਾਈ ਸਕੂਲ ਦੇ ਬਾਹਰ پارک ਕੀਤੀ ਗੱਡੀ ਵਿੱਚ ਦਿਨ ਭਰ ਦੀ ਗਰਮੀ ਦੌਰਾਨ 23 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਡਿਆਨਾ ਸਮਿਥ ਉਸੇ ਹਾਈ ਸਕੂਲ ਵਿੱਚ ਅਧਿਆਪਕਾ ਹੈ ਜਿਸ ਦੀ ਪਾਰਕਿੰਗ ਵਿੱਚ ਗੱਡੀ ਲਗਾ ਕੇ ਸਕੂਲ ਅੰਦਰ ਪੜਾਉਣ ਗਈ ਸੀ ਪਰ ਸਕੂਲ ਤੋਂ ਰਸਤੇ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਦੇ ਕੇਂਦਰ 'ਚ ਬੱਚੇ ਨੂੰ ਛੱਡਣਾ ਭੁੱਲ ਗਈ ਇਹ ਵੀ ਕਿ ਪਾਰਕਿੰਗ ਵਿੱਚ ਗੱਡੀ ਬੰਦ ਕਰਨ ਤੋਂ ਪਹਿਲਾਂ ਉਹ ਆਪਣੇ ਬੱਚੇ ਨੂੰ ਲਿਜਾਣਾ ਵੀ ਭੁੱਲ ਗਈ 1 ਜੁਲਾਈ ਨੂੰ ਦੇਸ਼ ਭਰ ਵਿੱਚ ਕੈਨੇਡਾ ਦਿਵਸ ਬੜੀ ਸਦ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਕੈਨੇਡਾ ਦੇ 155ਵੇਂ ਆਜ਼ਾਦੀ ਦਿਵਸ ਮੌਕੇ ਜਿੱਥੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿੱਥੇ ਵੱਖ-ਵੱਖ ਸ਼ਹਿਰਾਂ ਵਿੱਚ ਆਤਿਸ਼ਬਾਜ਼ੀ ਵੀ ਵੇਖਣ ਨੂੰ ਮਿਲੇਗੀ ਕੈਨੇਡਾ ਦੇ ਅਨਟਾਰੀਓ ਸੂਬੇ ਦੇ ਸ਼ਹਿਰਾਂ ਟੋਰਾਂਟੋ ਬ੍ਰੈਂਟਨ ਕੈਲੇਡਨ ਮਿਸਿਸਾਗਾ ਨਿਆਗਰਾ ਫਾਲਜ਼ ਮਾਰਕਮ ਗੈਂਬ੍ਰੇਜ਼ ਕਿਚਨਰ ਆਦ ਵਿੱਚ ਇਹਨਾਂ ਸਮਾਗਮਾਂ ਚਾਪੋ ਆਪਣੇ ਪਧਰਤੇ ਪ੍ਰਬੰਧ ਕੀਤਾ ਗਿਆ ਪੰਜਾਬੀਆਂ ਦੀ ਸੰਗਣੀ ਬਸੋ ਵਾਲੇ ਸ਼ਹਿਰ ਬ੍ਰੈਂਪਟਨ ਚ ਚੰਗੀ ਗੂੰਜ ਪਾਰਕ ਵਿੱਚ ਜਿੱਥੇ ਲੋਕਾਂ ਦੀ ਹਾਜ਼ਰੀ ਨਾਲ ਕੈਨੇਡਾ ਦਿਵਸ ਦੇ ਸਮਾਗਮ ਮਨਾਏ ਜਾਣਗੇ ਉੱਥੇ ਪੰਜਾਬੀਆਂ ਵੱਲੋਂ ਸੱਭਿਆਚਾਰਕ ਮੇਲਿਆਂ ਦੇ ਰੂਪ ਵਿੱਚ ਇਸ ਸਮਾਗਮ ਨੂੰ ਮਨਾ ਕੇ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਕੌਮੀ ਕਟ ਗਿਣਤੀ ਕਮਿਸ਼ਨ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਕਰਤੇ ਪਰਵਾਨਤੇ ਹੋਏ ਹਮਲੇ ਦੇ ਕੁਝ ਦਿਨਾਂ ਬਾਅਦ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨਾਲ ਸੰਬੰਧਿਤ ਮੁੱਦਾ ਉੱਥੋਂ ਦੀ ਸਰਕਾਰ ਕੋਲ ਠਾਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੀ ਸਿੱਖ ਆਬਾਦੀ ਅਤੇ ਅਫਗਾਨਿਸਤਾਨ ਛੱਡ ਚੁੱਕੇ ਸਿੱਖ ਉੱਥੋਂ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਸੁਰੱਖਿਆ ਲਈ ਚਿੰਤਤ ਨੇ ਕਮਿਸ਼ਨ ਨੇ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਮੁੱਦਾ ਉੱਥੋਂ ਦੀ ਸਰਕਾਰਾਂ ਸਾਹਮਣੇ ਠਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ7 ਸਿਖਰ ਸੰਮੇਲਨ ਦੌਰਾਨ ਤੰਬਾਰੂ ਨੂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀਤੀ ਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਰੱਖਿਆ ਤੇ ਅੱਤਵਾਦ ਨਾਲ ਨਜਿੱਠਣ ਦੇ ਮੁੱਦਿਆਂ ਨੂੰ ਵਧਾਉਣ ਤੇ ਚਰਚਾ ਕੀਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ ਨੇ ਜੀ7 ਸਿਖਰ ਸੰਮੇਲਨ ਦੌਰਾਨ ਜਰਮਨੀ ਵਿੱਚ ਮੁਲਾਕਾਤ ਕੀਤੀ ਉਹਨਾਂ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀ ਕੀਤੀ ਅਤੇ ਕਈ ਖੇਤਰਾਂ ਵਿੱਚ ਜਿਸ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕੇ ਅਤੇ ਸਲਾਹ مشورہ ਕੀਤਾ ਵਿਦੇਸ਼ ਮੰਤਰਾਲੇ ਦੇ ਬੁਲਾ ਰਹੇ ਆ ਰੰਦਮ ਬਗਾਚੀ ਨੇ ਕਿਹਾ ਕਿ ਦੋਵਾਂ ਨੇ ਤਾਮਾ ਨੇ ਦਬੁੱਲੇ ਸੰਬੰਧਾਂ ਤੇ ਚਰਚਾ ਕੀਤੀ ਅਤੇ ਵਪਾਰ ਅਤੇ ਆਰਥਿਕ ਸੰਬੰਧਾਂ ਨੂੰ ਵਧਾਉਣ ਸੁਰੱਖਿਆ ਤੇ ਅੱਤਵਾਦ ਨਾਲ ਨਜਿੱਠਣ ਵਿੱਚ ਤਾਲਮੇਲ ਵਧਾਉਣ ਤੇ ਸਹਿਮਤੀ ਪ੍ਰਗਟਾਈ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਜ਼ਿਕਰਯੋਗ ਹੈ ਕਿ 4 ਸਾਲਾਂ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਵਿਅਕਤੀਗਤ ਤੌਰ ਤੇ ਇਹ ਪਹਿਲੀ ਦਵੱਲੀ ਮੁਲਾਕਾਤ ਹੈ ਟਰੂਡੋ ਨੇ ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਾ ਇੱਕ ਬਿਆਨ ਦਿੱਤਾ ਸੀ ਜਿਸ ਉੱਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ ਜੀ7 ਸਿਖਰ ਸੰਮੇਲਨ ਦੇ ਮੇਜ਼ਬਾਨ ਜਰਮਨੀ ਨੇ ਭਾਰਤ ਤੋਂ ਇਲਾਵਾ ਅਰਜنٹინა ਇੰਡੋਨੇਸ਼ੀਆ ਸੈਨਗਲ ਅਤੇ ਦੱਖਣੀ ਅਫਰੀਕਾ ਨੂੰ ਮਹਿਮਾਨ ਵਜੂਸਾ ਦਾ ਦਿੱਤਾ ਹੈ 69 ਸਾਲਾ ਰੂਸੀ ਰਾਸ਼ਟਰਪਤੀ ਬਲਾਦਮਿਰ ਪੁਤਿਨ ਕੋਲ ਜਿਉਣ ਲਈ ਕੇਵਲ 2 ਸਾਲ ਤੋਂ ਵੀ ਘੱਟ ਦਾ ਸਮਾਂ ਹੈ ਕਿਉਂਕਿ ਉਹ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਨੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਪੁਤਿਨ ਬਿਮਾਰ ਨੇ ਇਹ ਦਾਅਵਾ ਯੂਕਰੇਨ ਦੀ ਖੁਫੀਆ ਸੇਵਾ ਦੇ ਪ੍ਰਮੁੱਖ ਮੇਜਰ ਜਨਰਲ ਵੁਡਨੋਵ ਨੇ ਕੀਤਾ ਹੈ ਵੁਡਨੋਵ ਨੇ ਕ੍ਰਾਮਲਿਨ ਵਿੱਚ ਕੁਸਪੈਟ ਕਰਨ ਵਾਲੀ ਯੂਕਰੇਨੀ ਜਾਸੂਸਾਂ ਨੂੰ ਅੰਦਰ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਿਹਾ ਕਪੁਤਿਨ ਦੇ ਅੱਗੇ ਲੰਬਾ ਜੀਵਨ ਨਹੀਂ ਹੈ ਬੁਡਾਨੋਵ ਦੇ ਦਾਅਵੇ ਨੇ ਕੁਝ ਠੋਸ ਅਪਰਾਧ ਵੀ ਨਹੀਂ ਰੂਸੀ ਰੱਖਿਆ ਮੰਤਰੀ ਸਰ ਗਈ ਨੇ ਇੱਕ ਮੀਟਿੰਗ ਵਿੱਚ ਪੁਤਿਨ ਦੀ ਇੱਕ ਮੇਜ਼ ਨੂੰ ਕੁੱਟ ਕੇ ਫੜੀ ਦੇਖੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਮਹੀਨਿਆਂ ਤੋਂ ਭਿਆਨਕ ਵਾਹਾਂ ਦੀ ਵਿਸ਼ਾ ਬਣੀ ਹੋਈ ਹੈ ਇਨਾਂ ਹੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੂਸੀ ਫਿਲਮ ਨਰਮਾਤਾ ਨਿਕਿਤਾ ਅਨੂਵ ਪੁਰਸਕਾਰ ਪ੍ਰਦਾਨ ਕਰਨ ਦੇ ਪ੍ਰੋਗਰਾਮ ਵਿੱਚ ਭਾਸ਼ਣ ਦਿੰਦੇ ਹੋਏ ਰਾਸ਼ਟਰਪਤੀ ਦੀ ਲਤਾਂ ਲਚਕ ਖਾਂਦੀਆਂ ਦਿਖਾਈ ਦਿੱਤੀਆਂ ਸਨ ਇੱਕ ਟੈਲੀਗ੍ਰਾਮ ਚੈਨਲ ਨੇ ਦੱਸਿਆ ਕਿ ਹਾਲ ਹੀ ਵਿੱਚ ਸਲਾਹਕਾਰਾਂ ਅਤੇ ਫੌਜੀ ਨੇਤਾਵਾਂ ਨਾਲ ਇੱਕ ਵੀਡੀਓ ਕਾਨਫਰੰਸ ਤੋਂ ਬਾਅਦ ਆਪਣੇ ਟੇਬਲ ਤੋਂ ਉੱਠਦੇ ਸਮੇਂ ਰੂਸੀ ਰਾਸ਼ਟਰਪਤੀ ਨੂੰ ਕਮਜ਼ੋਰੀ ਅਤੇ ਚੱਕਰ ਆਉਣਾ ਮਹਿਸੂਸ ਹੋਇਆ ਪੁਤਿਨ ਦੇ ਖਰਾਬ ਮੁਦਰਾ ਤੇ ਸੁੱਜਾ ਚਿਹਰਾ ਤੇ ਗਰਦਨ ਉਹਨਾਂ ਦੀ ਸਿਹਤ ਸੰਬੰਧੀ ਚੰਗੇ ਸੰਕੇਤ ਨਹੀਂ ਦਿੰਦੇ ਰੂਸ ਦੇ ਛੋਟੇ ਦੇ ਨੇਤਾ ਨੂੰ ਅਪ੍ਰੈਲ ਵਿੱਚ ਸਲਾਹ ਦਿੱਤੀ ਗਈ ਸੀ ਕਿ ਉਹਨਾਂ ਨੂੰ ਤਤਕਾਲ ਕੈਂਸਰ ਦੇ ਆਪਰੇਸ਼ਨ ਦੀ ਲੋੜ ਹੈ ਇਹ ਜਾਣਕਾਰਾਂ ਦਾ ਕਹਿਣਾ ਹੈ ਕਿ ਪੁਤਿਨ ਪਾਰਕ ਸਿੰਘ ਸਤੇ ਸਿਕੀਜ਼ੋਫਰੀਨੀਆ ਤੋਂ ਪੀੜਤ ਨੇ ਕ੍ਰਾਮਲਨ ਦੇ ਇੱਕ ਅੰਦਰੂਨੀ ਸੂਤਰ ਨੇ ਦੱਸਿਆ ਹੈ ਕਿ ਪੁਤਿਨ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਬਿਮਾਰ ਪੈਣ ਕਾਰਨ ਆਪਣੇ ਫੌਜੀ ਪ੍ਰਮੁੱਖਾਂ ਨਾਲ ਲੰਬੀ ਚਰਚਾ ਨਾ ਕਰਨ ਭਾਰਤ ਵਿੱਚ ਪਾਕਿਸਤਾਨ ਦੇ ਚਾਰ ਦੂਤਕਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਦੋਸ਼ ਹੈ ਕਿ ਇਹਨਾਂ ਟਵਿੱਟਰ ਹੈਂਡਲਸ ਤੋਂ ਝੂਠੀਆਂ ਖਬਰਾਂ ਅਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ ਪਾਕਿਸਤਾਨ ਦੇ ਤੁਰਕੀ, ਸੰਯੁਕਤ ਰਾਸ਼ਟਰ, ਈਰਾਨ ਅਤੇ ਮਿਸਰ ਸਥਿਤ ਦੂਤਕਰਾਂ ਦੇ ਅਕਾਊਂਟ ਤੇ ਇਹ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਹੋਰ ਟਵਿੱਟਰ ਅਕਾਊਂਟ ਤੇ ਇਸ ਦੀ ਕਾਰਵਾਈ ਹੋ ਸਕਦੀ ਹੈ ਪਾਕਿਸਤਾਨ ਵਿਦੇਸ਼ ਮੰਤਰਾਲਾ ਵੱਲੋਂ ਦੋ ਟਵੀਟ ਕੀਤੇ ਗਏ ਜਿਸ ਵਿੱਚ ਭਾਰਤ ਵਿੱਚ ਟਵਿੱਟਰ ਵੱਲੋਂ ਈਰਾਨ, ਤੁਰਕੀ, ਮਿਸਰ ਅਤੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨੀ ਦੂਤਕਰਾਂ ਦੇ account ਬੰਦ ਕਰਨ ਤੋਂ ਬਾਅਦ account ਨੂੰ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ ਹੈ ਪਾਕਿਸਤਾਨ ਦਾ ਦਾਅਵਾ ਹੈ ਕਿ ਕਈ ਹੋਰ accounts ਨੂੰ ਭਾਰਤ ਨੇ ਬੈਨ ਕਰਵਾਇਆ ਹੈ ਤਾਂਸ ਦੀ ਇਹ 기 ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਦੇ ਕਿਸੇ ਟਵਿੱਟਰ accounts ਨੂੰ ਬੰਦ ਕੀਤਾ ਗਿਆ ਹੋਵੇ ਪੰਜਾਬ ਵਿੱਚ ਮੰਗਲਵਾਰ ਨੂੰ ਹੋਮਸ ਭਰੀ ਗਰਮੀ ਨੇ ਲੋਕਾਂ ਨੂੰ ਬਿਹਾਲ ਕੀਤਾ ਹੋਇਆ ਹੈ ਹਾਲਾਂਕਿ ਵਿਚ ਵਿਚ ਬਾਦਲਾਂ ਦਾ ਆਉਣਾ ਜਾਣਾ ਵੀ ਲੱਗਿਆ ਰਿਹਾ ਇਸ ਦੇ ਬਾਵਜੂਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 44 ਡਿਗਰੀ ਸੈਲਸੀਅਸ ਤੋਂ ਭਾਰ ਦਰਜ ਕੀਤਾ ਗਿਆ ਤੁਹੇ ਪਾਸੇ ਮੌਸਮ ਕੇਂਦਰ ਚੰਡੀਗੜ੍ਹ ਦੇ ਤਾਜ਼ਾ ਅਨੁਮਾਨ ਅਨੁਸਾਰ ਬੁੱਧਵਾਰ ਨੂੰ ਪੰਜਾਬ ਵਿੱਚ ਮੌਨਸੂਨ ਤੋਂ ਪਹਿਲਾਂ ਦੀ بارش ਹੋਈ ਅਤੇ ਜੰਤਕੀ ਵੀਰਵਾਰ ਜਾਣੀ ਕੀਤੀ ਜੂਨ ਮੌਨਸੂਨ ਪੰਜਾਬ ਵਿੱਚ ਦਸ ਤੱਕ ਦੇ ਸਕਦਾ ਹੈ ਜੇ 30 ਜੂਨ ਨੂੰ ਮੌਨਸੂਨ ਨਹੀਂ ਆਉਂਦਾ ਤਾਂ ਪਹਿਲੀ ਜੁਲਾਈ ਨੂੰ ਇਸ ਦਾ ਆਉਣਾ ਤੈ ਮੰਨਿਆ ਜਾ ਰਿਹਾ ਮੌਸਮ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ 30 ਜੂਨ ਤੋਂ ਪਹਿਲੀ ਜੁਲਾਈ ਦੌਰਾਨ ਮੌਨਸੂਨ ਦੇ ਅੱਗੇ ਵਧਣ ਦੇ ਮਾਕੂਲ ਹਾਲਾਤ ਨੇ ਅਗਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਹਲਕੀ ਬਾਰਿਸ਼ ਗਰਜ ਚਮਕ ਨਾਲ ਬੁਛਾਣਾ ਪੈਣ ਦੀ ਸੰਭਾਵਨਾ ਹੈ 30 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਜਦਕਿ 1 ਜੁਲਾਈ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਭਾਰੀ ਬਾਰਿਸ਼ ਨੂੰ ਲੈ ਕੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾਕਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸ਼ਟ੍ਰੀਆ ਕਾਲ